ਅਸੀਂ ਸਾਡੀ ਸੋਚ ਭਾਜੀ ਕਿੱਥੇ ਖੜ ਚੁੱਕੀ ਹੈ। ਬੱਚੀ ਦੀ ਉਮਰ 23 ਸਾਲ ਦੀ ਹੁੰਦੀ ਹੈ, 24 ਸਾਲ ਦੀ ਵਿਆਹ ਦਿਆ, ਵਿਆਹ ਕੇ ਰਿਸ਼ਤਾ ਕਰ ਦਿਆ, ਫਿਰ ਉਹੀ ਰੋਟੀਆਂ ਪਕਾਉਣੇ, ਡੰਗਰ ਰੱਖਣੇ। ਨਾ ਸਾਡਾ ਫਰਜ਼ ਬਣਦਾ ਸੀ ਬੱਚੀ ਨੂੰ ਇੰਨਾ ਕੁ ਜ਼ਿਆਦਾ ਕਾਬਲੀਅਤ ਦੇ ਨਾਲ ਪੜ੍ਹਾ ਕੇ ਆਪਣੇ ਘਰ 'ਚ ਤੋਰੀਏ, ਕੇਵਲ ਇਹ ਨਾ ਹੋਵੇ ਕਿ ਲੜਕੀ ਨੂੰ ਪੈਸੇ ਮੰਗਣਾ ਚੱਲਣਾ ਪਏ ਕਿ ਲਿਆ ਮੈਨੂੰ ਦੇ ਪੈਸੇ, ਮੈਂ ਆਪਣਾ ਸੂਟ ਲੈ ਕੇ ਆਵਾਂਗੀ, ਆਪਣੇ ਖਰਚਾ ਚਲਾਵਾਂਗੀ। ਨਾ, ਮੈਂ ਆਪਣੀ ਜੋਬ ਕਰਦੀ ਹਾਂ, ਭਾਵੇਂ ਪ੍ਰਾਈਵੇਟ ਕਰਦੀ ਹਾਂ, ਮੈਂ ਬੱਚਿਆਂ ਨੂੰ ਟਿਊਸ਼ਨ ਦਿੰਦੀ ਹਾਂ, ਮੈਂ ਆਪਣਾ ਖਰਚਾ ਆਪ ਚੱਕਾਂਗੀ। ਇਹੀ ਕਾਰਨ ਹੈ ਕਿ ਜਦੋਂ ਘਰ ਵਾਲਾ ਕਮਾਉਣ ਵਾਲਾ ਹੁੰਦਾ ਤਾਂ ਫਿਰ ਉਹਨੂੰ ਪ੍ਰੈਸ਼ਰ ਰਹਿੰਦਾ ਕਿ ਤੂੰ ਕੀ ਹੈ, ਮੈਂ ਕਮਾ ਰਿਹਾ, ਤੂੰ ਕੌਣ ਹੁੰਦੀ ਹੈ, ਇਹ ਗੱਲ ਕੀ ਹੈ। ਮੁੰਡੇ ਨਹੀਂ ਹੁਣ ਬਾਹਰ ਰਹਿੰਦੇ, ਵੇਖੋ ਉੱਥੇ ਬੰਦੇ ਵੀ ਜਾਂਦੇ ਨੇ ਆਪਣੀ ਜੋਬ ਦੇ ਉੱਤੇ, ਜਨਾਨੀਆਂ ਵੀ ਜਾਂਦੀਆਂ, ਲੇਡੀਜ਼ ਵੀ ਜਾਂਦੀਆਂ ਨੇ, ਸਾਰੇ ਜਾਂਦੇ ਨੇ ਕਿ ਉਹ ਆਪਣੇ ਆਪ ਨੂੰ ਪੈਰਾਂ 'ਤੇ ਸਟੈਂਡ ਇਕੁਅਲਿਟੀ। ਅਤੇ ਅਸੀਂ ਜੇਕਰ ਪੜ੍ਹ ਰਹੇ ਹਾਂ, ਪੇਰੈਂਟਸ ਉੱਤੇ ਪਹੁੰਚੇ ਹੋਏ ਨੇ, ਬੱਚੀਆਂ ਤੁਹਾਡੀਆਂ ਗ੍ਰੈਜੂਏਸ਼ਨ ਕਰ ਰਹੀਆਂ ਨੇ, ਐਸ ਜੱਜ ਵਕੀਲ ਬਣਾਂਗੀ, ਕੋਈ ਕੌਣ ਹੁੰਦਾ ਕਿ ਮੈਨੂੰ ਆ ਕੇ ਅੱਖ ਭਰ ਕੇ ਦੇਖਦੀ ਜਾਏ। ਦੇਖੋ ਨਾ, ਆਪਣੇ ਆਪ ਨੂੰ ਇੰਨਾ ਕਾਬਲ ਬਣਾ ਕੇ ਚੱਲੋ, ਆਪਣੇ ਆਪ ਨੂੰ ਪੈਰਾਂ 'ਤੇ ਸਟੈਂਡ ਕਰਕੇ ਚੱਲੋ ਕਿ ਮੈਂ ਪੜ੍ਹਾਂਗੀ, ਪੜ੍ਹ ਕੇ ਮੈਂ ਆਪਣੇ ਆਪ ਨੂੰ ਇੰਨੇ ਕੁ ਉੱਚ ਅਹੁਦੇ 'ਤੇ ਲੈ ਕੇ ਚੱਲਾਂਗੀ ਜਿੱਥੇ ਮੈਂ ਆਪਣੇ ਪਰਿਵਾਰ ਨੂੰ ਸਾਂਭਾਂਗੀ, ਉੱਥੇ ਸਮਾਜ ਨੂੰ ਵੀ ਸਾਂਭਾਂਗੀ। ਅਤੇ ਜੇਕਰ ਕਿਸੇ ਬਹੁਤ ਵਾਰ ਇੱਦਾਂ ਹੁੰਦਾ ਕਿ ਔਰਤ ਦੇ ਨਾਲ ਅੱਜ ਵੀ ਮਰਦ ਕਮਿਊਨਿਟੀ ਵਿੱਚ ਜੇਕਰ ਔਰਤ ਸਕੂਲ ਦੇ ਵਿੱਚ ਟੀਚਿੰਗ ਮਾਲ ਦੀ ਮੂਵੀ ਉਹਨੇ ਬੰਦੇ ਨੇ ਬਣਾਈ ਕਿ ਇੱਕ ਜਿਹੜੀ ਹੀਰੋਇਨ ਹੈ ਉਹ ਆਪਣੇ ਆਪ ਨੂੰ ਪੜ੍ਹ ਲਿਖ ਕੇ ਆਪਣੇ ਆਪ ਨੂੰ ਸਟੈਂਡ ਕਰਕੇ ਇੱਕ ਸਕੂਲ ਦੇ ਵਿੱਚ ਟੀਚਿੰਗ ਲਾਈਨ 'ਚ ਪੈਂਦੀ ਹੈ ਅਤੇ ਟੀਚਰ ਉੱਥੋਂ ਦੀ ਬਣਦੀ ਹੈ।